29 ਤਰੀਕ ਦੀ ਰਾਤ ਨੂੰ ਦੀਨਾ ਨਗਰ ਬਾਈਪਾਸ ਤੇ ਮਹਾਜਨ ਕਰਿਆਨਾ ਸਟੋਰ ਸਾਡਾ ਪੈਂਦਾ ਉੱਥੇ ਇਹ ਇੱਕ ਬੰਦਾ ਵਰਦੀ ਪਾ ਕੇ ਪੁਲਿਸ ਦੀ ਆਇਆ ਉਹਨੇ ਦਰਵਾਜ਼ਾ ਬੰਨੇ ਨਾਲ ਖਿਲਾ ਲਿਆ ਸਾਡੇ ਨਾਲ ਅਤੇ ਨਾਲ ਉਹਦੇ ਜਦੋਂ ਇਹਨਾਂ ਦਰਵਾਜ਼ਾ ਖੋਲ੍ਹਤਾ ਤਾਂ ਚਾਰ ਬੰਦੇ ਨਾਲ ਖੁਲਾ ਕੇ ਮਸਲੇ ਦੇ ਮੁੱਖ 'ਤੇ ਇਹਨਾਂ ਨੇ ਗੁਰਪਾਲ ਕਰ ਲਿਆ ਪਰਿਵਾਰ ਨੂੰ ਉਹਨਾਂ ਕੋਲੋਂ ਨਕਦੀ ਅਤੇ ਸੋਨਾ ਵਗੈਰਾ ਜੇਵਰਾਤ ਬੋਲ ਕੇ ਡਾਕਾ ਮਾਰ ਕੇ ਅਤੇ ਉੱਥੋਂ ਨਿਕਲ ਗਏ ਸੀਗੇ ਜਦੋਂ ਪੈਦਲ ਉੱਥੋਂ ਨਿਕਲੇ ਆ ਗੱਡੀ ਉਹਨਾਂ ਦੀ ਪਿੱਛੇ ਲੱਗੀ ਸੀ ਤਾਂ ਜਿਹੜੇ ਵਧਈ ਨੇ ਉਹ ਪਿੱਛੇ ਜਾ ਕੇ ਉਹਨਾਂ ਨੇ ਕੋਸ਼ਿਸ਼ ਕੀਤਾ ਕਿ ਅਸੀਂ ਉਹਨੂੰ ਚੇਸ ਕਰੀਏ ਉਹਨਾਂ ਗੱਡੀ ਮਾਰੀ ਅਤੇ ਉਹਦੇ 'ਚ ਇੱਕ ਬੰਦੇ ਦੀ ਉੱਥੇ ਜਿਹੜੀ ਲੱਤ ਟੁੱਟ ਗਈ ਅਤੇ ਇੱਕ ਉਹਨਾਂ ਦੀ ਗੱਡੀ ਪਿੱਛੋਂ ਜਿਹੜੀ ਸੀ ਉਹ ਕਰੈਕ ਹੋ ਗਈ ਜੋ ਉਹਦੇ 'ਚ ਫਿਰ ਇਹ ਉਸੇ ਵੇਲੇ ਸਾਡੇ ਜ਼ਿਲ੍ਹੇ ਨੂੰ ਅਲਰਟ ਕੀਤਾ ਗਿਆ ਐਸ ਐਸ ਪੀ ਸਾਹਿਬ ਸਰਦਾਰ ਰਜਿੰਦਰ ਸਿੰਘ ਵੱਲੋਂ ਸਾਰੇ ਜਿਹੜੀਆਂ ਸਾਡੀਆਂ ਡਿਊਟੀਆਂ ਲਾਈਆਂ ਗਈਆਂ ਡੀ ਐਸ ਪੀ ਦੀਨਾਨਗਰ ਡੀ ਐਸ ਪੀ ਸੰਦੀਪ ਕੱਕੜ ਐਸ ਐਚ ਓ ਦੀਨਾਨਗਰ ਇੰਚਾਰਜ ਸੀਗੇ ਸਾਰੇ ਐਕਟੀਵੇਟ ਕਰਕੇ ਅਸੀਂ ਸਾਰੇ ਕੀਤਾ ਉਹਦੇ 'ਚ ਸਾਡੀ ਤਫਤੀਸ਼ ਦੇ ਵਿੱਚ ਫਿਰ ਇਹ ਗੱਲ ਆਈ ਕਿ ਇਹ ਜਿਹੜੀ ਵਾਰਦਾਤ ਹੈ ਇਹ ਤਿੰਨ ਬੰਦਿਆਂ ਨੇ ਪੰਜ ਬੰਦਿਆਂ ਨੇ ਕੀਤੀ ਹੈ ਉਹਦੇ 'ਚ ਸਾਡੇ ਦੋਵੇਂ ਨਾਕਾਬੰਦੀ ਕੱਲ੍ਹ ਅਸੀਂ ਜਿਹੜੇ ਤਿੰਨ ਦੋਸ਼ੀ ਜਿਹੜੇ ਆ ਵਿਕਰਮਜੀਤ ਸਿੰਘ ਵਿੱਕੀ ਜਿਹੜਾ ਕਿ ਬਟਾਲੇ ਦਾ ਇੱਕ ਉਹਦੇ 'ਚ ਮਨਜਿੰਦਰ ਸਿੰਘ ਮਿੰਟੂ ਇਹ ਜਿਹੜਾ ਸਾਡਾ ਇੱਥੋਂ ਦਾ ਸੰਤ ਨਗਰ ਦਾ ਗੁਰਦਾਸਪੁਰ ਦਾ ਅਤੇ ਇੱਕ ਪਰਮਜੀਤ ਪੰਮਾ ਜਿਹੜਾ ਕਿ ਕੰਬੀਆਂ ਪਨਿਆੜ ਦਾ ਇਹ ਤਿੰਨ ਦੋਸ਼ੀ ਜਿਹੜੇ ਆ ਸਮੇਤ ਇੱਕ ਅਸਲਾ 315 ਬੋਰ ਸਮੇਤ ਰੌਂਦਾ ਗਿਆ ਜੀ ਇਹਦੇ ਨਾਲ ਇੱਕ 12 ਬੋਰ ਅਤੇ ਇੱਕ ਜਿਹੜਾ ਪਿਸਟਲ ਸੀ ਉਹਨਾਂ ਦਾ ਆਲਰੇਡੀ ਉੱਥੇ ਪਹਿਲਾਂ ਮੌਕੇ 'ਤੇ ਸੀ ਜਿਹੜਾ ਡਿੱਗਿਆ ਉਹ ਮਿਲ ਗਿਆ ਸੀ ਤਿੰਨ ਵੈਪਨ ਮਿਲ ਗਏ ਆ ਤਿੰਨ ਦੋਸ਼ੀ ਮਿਲ ਗਏ ਇਹਨੇ ਨਾਲ ਦੇ ਦੋ ਬੰਦੇ ਸੁਖਵਿੰਦਰ ਸਿੰਘ ਟਿੰਕੂ ਅਤੇ ਇੱਕ ਨੱਟੀ ਇਹ ਦੋ ਬੰਦੇ ਜਿਹੜੇ ਸਾਡੇ ਆ ਜਿਹੜੇ ਉਹ ਫੜਨ ਵਾਲੇ ਆ ਜਿਹੜਾ ਇਹ ਜਿਹੜਾ ਹੈਗਾ ਲਖਵਿੰਦਰ ਟਿੰਕੂ ਇਹਨੂੰ ਥੋੜ੍ਹਾ ਵੀ ਕਹਿੰਦੇ ਆ ਕਾਫੀ ਵਾਰਦਾਤਾਂ ਜਿਹੜੇ ਪਹਿਲਾਂ ਕੀਤੀਆਂ ਸੋ ਇਹ ਜਿਹੜੇ ਦੋ ਬੰਦੇ ਇਲਾਜ ਨੇ ਉਹਨਾਂ ਦੇ ਪਿੱਛੇ ਅਸੀਂ ਲੱਗੇ ਆ ਹਥਿਆਰ ਜਿਹੜੇ ਆ ਤਕਰੀਬਨ ਤਿੰਨ ਜਿਹੜੇ ਆ ਜਿਹੜੇ ਜਿੰਨੇ ਕੁ ਸਾਨੂੰ ਦੱਸੇ ਸੀ ਵਧਾਈਆਂ ਨੇ ਉਹ ਹੋਰ ਕਵਰ ਤਿੰਨ ਹੋ ਫੌਜੀ ਆ ਬਿਕਰਮ ਫੌਜੀ ਇਹਦੇ 'ਤੇ ਵੀ ਪਹਿਲਾਂ ਮੁਕਦਮਾ ਦਰਜ ਹੈ ਜਿਹੜਾ ਥੋੜ੍ਹਾ ਆ ਬਟਾਲੇ ਤੋਂ ਉਹਦੇ 'ਤੇ ਵੀ ਲੁੱਟ ਖੋਹ ਦੇ ਅਤੇ ਨਸ਼ੇ ਦੇ ਕਾਫੀ ਹਜੇ ਤਫਤੀਸ਼ ਚੱਲ ਰਹੀ ਹੈ ਜੀ ਕੱਲ੍ਹ ਅਜੇ ਅਸੀਂ ਫੜੇ ਆ ਤਫਤੀਸ਼ ਸਾਡੀ ਚੱਲ ਰਹੀ ਹੈ ਹੋਰ ਵੀ ਵਾਰਦਾਤਾਂ ਘਟਾ Subscribe to our YouTube channel NewsDnn by clicking the bell icon. Don't forget to like, comment and share.